ਸਤਿ ਸ੍ਰੀ ਅਕਾਲ ਦੋਸਤੋ, ਮੈਂ ਸੁਰਿਆਂਚਲ ਦਾ ਵੀਜ਼ਾ ਆਫਿਸ ਤੋਂ ਤੁਹਾਡਾ ਸਵਾਗਤ ਕਰਦਾ। ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਇਸ ਚੈਨਲ ਦੇ ਥਰੂ ਤੁਹਾਨੂੰ ਟੂਰਿਸਟ ਵੀਜ਼ਾ ਤੋਂ ਰਿਲੇਟਡ ਕੋਈ ਵੀ ਵੱਡੀ ਅਪਡੇਟ ਕਿਸੇ ਵੀ ਕੰਟਰੀ ਤੋਂ ਆਏ, ਅਸੀਂ ਜ਼ਿਆਦਾ ਤੋਂ ਜ਼ਿਆਦਾ ਇਨਫੋਰਮੇਸ਼ਨ ਤੇ ਜਲਦੀ ਤੋਂ ਜਲਦੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਅੱਜ ਜਿਹੜੇ ਟੌਪਿਕ ਦੇ ਉੱਪਰ ਆਪਾਂ ਗੱਲ ਕਰਾਂਗੇ ਉਹ ਰਹੇਗਾ UK ਦੇ ਟੂਰਿਸਟ ਵੀਜ਼ਾ ਨੂੰ ਲੈ ਕੇ, ਕੀ ਨਵੇਂ ਅਪਡੇਟ ਹੈ, ਕਿਵੇਂ ਵੀਜ਼ਾ ਸਿਕਿਓਰ ਕੀਤਾ ਜਾ ਸਕਦਾ। ਸੋ COVID-19 ਦੀ ਸਿਚੁਏਸ਼ਨ ਨੂੰ ਆਪਾਂ ਦੇਖਦੇ ਹਾਂ ਤਾਂ ਕਾਫੀ ਸਾਰੀ ਕੰਟਰੀਜ਼ ਜਿਹੜੀਆਂ ਹੈ ਹਲੇ ਟਰੈਵਲਿੰਗ ਨੂੰ ਲੈ ਕੇ ਰੈਸਟ੍ਰਿਕਸ਼ਨਸ ਲਗਾ ਕੇ ਰੱਖੀਆਂ ਹੋਈਆਂ, ਜਾਂ ਆਪਾਂ ਗੱਲ ਕਰੀਏ ਕਿ ਵੀਜ਼ਾ ਦੇ ਵੀ ਹਲੇ ਜਿਹੜੇ ਚਾਂਸਿਸ ਹੈ ਉਹਨਾਂ 'ਚ ਘੱਟ ਰਹਿੰਦੇ ਹੈ ਜਾਂ ਪ੍ਰੋਸੈਸਿੰਗ ਟਾਈਮ ਬਹੁਤ ਜ਼ਿਆਦਾ ਲੈ ਰਹੀ ਹੈ। ਸੋ ਅਗਰ ਮੈਂ UK ਦੀ ਇੱਥੇ ਗੱਲ ਕਰਦਾ ਤਾਂ ਬਿਲਕੁਲ ਜੀ ਬਹੁਤ ਇੱਕ ਵਧੀਆ ਰਿਸਪੋਂਸ ਦੇਖਣ ਨੂੰ ਮਿਲ ਰਿਹਾ, ਸਪੈਸ਼ਲੀ ਮੈਂ ਅਗਰ ਗੱਲ ਕਰਦਾ ਸਪੋਂਸਰ ਕੇਸਿਸ ਦੇ ਉੱਪਰ। ਸੋ ਪ੍ਰੋਗਰਾਮ ਨੂੰ ਅੱਗੇ ਲਿਜਾਣ ਤੋਂ ਪਹਿਲੇ ਇੱਕ ਛੋਟੀ ਜਿਹੀ ਰਿਕੁਐਸਟ ਜ਼ਰੂਰ ਰਹੇਗੀ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ 'ਤੇ ਕਲਿੱਕ ਕਰ ਲਓ ਤਾਂ ਕਿ ਆਉਣ ਵਾਲੇ ਸਾਰੇ ਵੀਡੀਓਜ਼ ਦੀ ਨੋਟੀਫਿਕੇਸ਼ਨ ਵੀ ਤੁਹਾਨੂੰ ਟਾਈਮਲੀ ਮਿਲਦੀਆਂ ਰਹਿਣ। ਸੋ ਗੱਲ ਕਰ ਰਹੇ ਹਾਂ UK ਟਰੈਵਲ ਤੇ ਵੀਜ਼ਾ ਦੇ ਅਪਡੇਟ ਨੂੰ ਲੈ ਕੇ। ਸੋ ਬਿਲਕੁਲ ਜੀ, ਤੁਸੀਂ ਅਗਰ ਤੁਹਾਡੇ ਰਿਲੇਟਿਵਸ ਉੱਥੇ ਹੈਗੇ ਆ, ਕੋਈ ਮਦਰ, ਫਾਦਰ, ਸਿਸਟਰ, ਬ੍ਰਦਰ, ਬਲੱਡ ਰਿਲੇਸ਼ਨ 'ਚ ਆਪਣਾ UK ਦੇ ਅੰਦਰ ਕੋਈ ਹੈ ਤਾਂ ਬਿਲਕੁਲ ਤੁਸੀਂ ਸਪੋਂਸਰ ਉੱਥੋਂ ਅਰੇਂਜ ਕਰੋ ਔਰ ਆਪਣਾ ਕੇਸ ਈਜ਼ੀਲੀ ਲਗਾ ਸਕਦੇ ਹੋ, ਜਿਹਦੇ 'ਚ ਰਿਜ਼ਲਟ ਜਿਹੜੇ ਹੈਗੇ ਆ ਉਹ ਵੀ ਬੜੇ ਟਾਈਮਲੀ ਦੇਖਣ ਨੂੰ ਮਿਲ ਰਹੇ ਹੈ। ਸੋ ਇੱਕ ਛੋਟਾ ਜਿਹਾ ਜਿਹੜਾ ਪ੍ਰੋਸੈਸ ਹੈਗਾ ਉਹ ਤੁਹਾਨੂੰ ਕੁਆਰੰਟਾਈਨ ਜ਼ਰੂਰ ਹੋਣਾ ਪਏਗਾ ਕਿ ਤੁਸੀਂ ਆਪਣੀ ਜਿਹੜੀ ਸਟੇ ਹੈਗੀ ਹੈ ਉਹ ਤਕਰੀਬਨ 2 ਹਫ਼ਤਿਆਂ ਵਾਸਤੇ ਇੱਕ ਆਪਣੀ ਕੁਆਰੰਟਾਈਨ ਰੱਖਣੀ ਪਏਗੀ, ਇਕੱਲਿਆਂ ਨੂੰ ਤੁਹਾਨੂੰ ਰਹਿਣਾ ਪੈਣਾ ਔਰ ਇੱਥੋਂ ਟੈਸਟ ਕਰਵਾ ਕੇ ਜਾਣਾ ਔਰ ਅੱਗੇ ਜਾ ਕੇ ਵੀ ਇੱਕ ਟੈਸਟ ਹੋਏਗਾ। ਸੋ ਇਹ ਤਾਂ ਸੀ ਕਿ ਸਪੋਂਸਰ ਬੇਸਿਸ ਤੇ, ਜਿਹਦੇ 'ਚ ਮੈਂ ਮੇਰਾ ਪਰਸਨਲ ਐਕਸਪੀਰੀਅੰਸ ਹੈ, ਜਿਹੜੇ ਕੇਸਿਸ ਆਪਾਂ ਲਗਾਏ ਆ ਰੀਸੈਂਟਲੀ ਉਹਦੇ 'ਚ ਕਾਫੀ ਜਲਦੀ ਰਿਜ਼ਲਟਸ ਦੇਖਣ ਨੂੰ ਮਿਲੇ ਆ। ਅਗਰ ਤੁਸੀਂ ਸਟਿਲ ਕਿਸੇ ਐਮਰਜੈਂਸੀ ਦੇ ਅੰਦਰ ਹੋ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਮਜਬੂਰੀ ਹੈ ਜਿੱਥੇ ਜਾਣਾ ਪੈ ਸਕਦਾ ਔਰ ਤੁਹਾਡਾ ਬਲੱਡ ਰਿਲੇਸ਼ਨ ਵੀ ਨਹੀਂ ਹੈ ਤਾਂ ਬਿਲਕੁਲ ਐਗਜੈਂਪਸ਼ਨਸ ਜਿਹੜੀ UK ਦੀ ਗਵਰਨਮੈਂਟ ਹੈਗੀ ਹੈ ਉਹ ਇਸ ਚੀਜ਼ ਨੂੰ ਸਮਝ ਰਹੀ ਹੈ ਔਰ ਵੀਜ਼ਾ ਦੇ ਉੱਪਰ ਬਹੁਤ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਕਿ ਰਿਸਟ੍ਰਿਕਸ਼ਨਸ ਨਹੀਂ ਹੈਗੀਆਂ ਜਾਂ ਫਿਰ ਕੋਈ ਡਿਲੇ ਨਹੀਂ ਹੈ। ਅਗਰ ਤੁਹਾਡਾ ਜਿਹੜੀ ਵਜ੍ਹਾ ਹੈਗੀ ਆ ਉੱਥੇ ਜਾਣ ਦੀ ਜਾਇਜ਼ ਹੈ, ਵੈਲਿਡ ਹੈ। ਇਸ ਤੋਂ ਇਲਾਵਾ ਅਗਰ ਤੁਸੀਂ ਘੁੰਮਣ ਫਿਰਨ ਦਾ ਵੀ ਪਲਾਨ ਕਰਕੇ ਜਾਣਾ ਚਾਹੁੰਦੇ ਹੋ ਤਾਂ ਜਿਹੜਾ ਤੁਹਾਡੀ ਟਰੈਵਲਿੰਗ ਦਾ ਪਲਾਨ ਹੈ ਉਹ ਤਕਰੀਬਨ 20 ਤੋਂ 22 ਦਿਨ ਦਾ ਬਣਾ ਕੇ ਚੱਲੋ। ਰੀਜ਼ਨ ਬੀਂਗ ਕਿਉਂਕਿ ਫਸਟ ਜਿਹੜੇ 14 ਡੇਜ਼ ਹੈਗੇ ਉਹ ਤੁਹਾਨੂੰ ਕੁਆਰੰਟਾਈਨ ਕਰਨਾ ਪੈਣਾ UK ਦੇ ਅੰਦਰ। ਅਗਰ ਤੁਹਾਡਾ 20 ਡੇਜ਼ ਦੀ ਤੁਸੀਂ ਅਫੋਰਡੇਬਿਲਿਟੀ ਲੈ ਲੈਂਦੇ ਹੋ, ਅਗਰ ਤੁਸੀਂ ਬੀਅਰ ਕਰ ਸਕਦੇ ਹੋ ਇੰਨਾ ਐਕਸਪੈਂਸ ਤਾਂ ਬਿਲਕੁਲ ਤੁਹਾਡੇ ਲਈ UK ਦੇ ਜਿਹੜੇ ਗੇਟ ਖੁੱਲ੍ਹੇ ਹੈ, ਵੀਜ਼ਾ ਤੁਸੀਂ ਬਿਲਕੁਲ ਲੈ ਸਕਦੇ ਹੋ ਔਰ ਬੜਾ ਈਜ਼ੀਲੀ ਇਸ ਚੀਜ਼ ਦੇ ਉੱਪਰ ਤੁਸੀਂ ਆਪਣਾ ਵੀਜ਼ਾ ਗ੍ਰੈਬ ਕਰ ਸਕਦੇ ਹੋ। ਬਸ ਜਿਹੜੀਆਂ ਚੀਜ਼ਾਂ ਧਿਆਨ ਦੇਣ ਦੀ ਲੋੜ ਹੈ ਉਹ ਪਿਛਲੀਆਂ ਕੁਛ ਵੀਡੀਓ 'ਚ ਮੈਂ ਦੱਸਿਆ ਕਿ UK ਫਾਈਨਾਂਸ ਨੂੰ ਲੈ ਕੇ ਥੋੜ੍ਹਾ ਜਿਹਾ ਇੱਕ ਕਹਿ ਲਓ ਕਿ ਕਿਊਰੀਅਸ ਰਹਿੰਦਾ ਹੈ ਜਾਂ ਫਿਰ ਥੋੜ੍ਹਾ ਜਿਹਾ ਗੌਰ ਕਰਦਾ ਹੈ ਕਿ ਤੁਹਾਡੀਆਂ ਜਿਹੜੀਆਂ ਸਟੇਟਮੈਂਟ ਹੈਗੀਆਂ ਉਹਦੇ 'ਚ ਜਿਹੜੀ ਇਨਕਮ ਹੈ ਕੀ ਉਹ ਤੁਹਾਡੀਆਂ ਅਰਨਿੰਗ ਸੋਰਸਿਸ ਦੇ ਨਾਲ ਰਿਲੇਟ ਕਰ ਰਹੀਆਂ, ਮਿਲਦੀਆਂ ਹੈ ਜਾਂ ਨਹੀਂ ਮਿਲਦੀ। ਚਾਹੇ ਬਿਜ਼ਨਸ ਪ੍ਰੋਫਾਈਲ ਹੈ, ਅਗਰ ਤੁਹਾਡੀ ITRs ਦੇ ਅੰਦਰ ਜੋ ਇਨਕਮ ਹੈਗੀ ਹੈ ਸੇਮ ਉਹ ਅਗਰ ਤੁਹਾਡੇ ਤਕਰੀਬਨ ਸਟੇਟਮੈਂਟ ਦੇ ਅੰਦਰ ਮੈਚ ਕਰ ਜਾਏ ਜੋ ਇਨਕਮ ਹੋਈ ਹੈ, ਜਾਂ ਫਿਰ ਤੁਹਾਡੀ ਜਿਹੜੀ ਸੈਲਰੀ ਆ ਰਹੀ ਹੈ ਅਗਰ ਤੁਸੀਂ ਕਿਤੇ ਪ੍ਰਾਈਵੇਟ ਜਾਂ ਗਵਰਨਮੈਂਟ ਸੈਕਟਰ ਦੇ ਅੰਦਰ ਜੋਬ ਕਰਦੇ ਹੋ, ਉਹ ਸੈਲਰੀ ਸਲਿਪਸ ਦੇ ਉੱਪਰ ਜਾਂ ਤੁਹਾਡੀਆਂ ਆਪਣੀਆਂ ਸਟੇਟਮੈਂਟਸ ਦੇ ਉੱਪਰ ਆ ਸਾਰੀਆਂ ਚੀਜ਼ਾਂ ਆਪਸ ਦੇ ਅੰਦਰ ਕੋ ਰਿਲੇਟ ਕਰ ਜਾਣਗੀਆਂ ਤਾਂ ਜਿਹੜੇ ਵੀਜ਼ਾ ਆਫੀਸਰਸ ਹੁੰਦੇ ਆ UK ਦੇ ਬਹੁਤ ਜ਼ਿਆਦਾ ਇਸ ਚੀਜ਼ ਦੇ ਉੱਪਰ ਨਹੀਂ ਸੋਚਦੇ ਔਰ ਤੁਹਾਨੂੰ ਈਜ਼ੀਲੀ ਵੀਜ਼ਾ ਦੇ ਦਿੰਦੇ ਆ। ਸੋ ਰਹਿੰਦੀ ਕਿਸੇ ਵੀ ਤਰ੍ਹਾਂ ਦੀ UK ਦੀ ਹੋਰ ਇਨਫੋਰਮੇਸ਼ਨ ਬਾਰੇ ਤੁਸੀਂ ਅਗਰ ਗੱਲ ਕਰਨਾ ਚਾਹੁੰਦੇ ਹੋ ਜਾਂ ਕੋਈ ਆਪਣੀ ਕੋਈ ਕੁਐਰੀਜ਼, ਤੁਹਾਡਾ ਕੋਈ ਸਵਾਲ ਹੈਗਾ ਤਾਂ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ 'ਤੇ ਕੰਟੈਕਟ ਕਰ ਸਕਦੇ ਹੋ। ਤਾਂ ਵੀਜ਼ਾ ਆਫਿਸ ਦੀ ਟੀਮ ਤੁਹਾਨੂੰ ਬਹੁਤ ਅੱਛੇ ਤਰੀਕੇ ਨਾਲ ਗਾਈਡ ਕਰੇਗੀ, ਜਾਂ ਤੁਸੀਂ ਅਗਰ ਮੇਰੇ ਨਾਲ ਪਰਸਨਲੀ ਵੀ ਗੱਲ ਕਰਨਾ ਚਾਹੋ ਤਾਂ ਬਿਲਕੁਲ ਤੁਸੀਂ ਆਪਣੀ ਅਪੁਆਇੰਟਮੈਂਟ ਬਣਾ ਸਕਦੇ ਹੋ ਅਤੇ ਮੇਰੇ ਨਾਲ ਡਾਇਰੈਕਟ ਗੱਲ ਵੀ ਕਰ ਸਕਦੇ ਹੋ। ਮਿਲਾਂਗੇ ਨੈਕਸਟ ਟਾਈਮ ਇੱਕ ਨਵੇਂ ਟੌਪਿਕ ਦੇ ਨਾਲ, ਤਦ ਤੱਕ ਲਈ ਇਜਾਜ਼ਤ ਚਾਹੂੰਗਾ। ਥੈਂਕ ਯੂ ਸੋ ਮੱਚ।